ਇਹ ਜਿਹੜੀ ਹੌਲੀ ਹੌਲੀ ਸਫਾਈ ਦਾ ਦ੍ਰਿਸ਼ ਅੱਛਾ ਬਣਦਾ ਪਿਆ ਆ ਅਤੇ ਇੱਧਰੋਂ ਅਜੇ ਜੀ ਉਹ ਮੈਨੂੰ ਲੱਗਦਾ ਰਾਜਕੁਮਾਰ ਜੀ ਆ ਗਏ ਆ ਅਤੇ ਨਾਲ ਇਹਨਾਂ ਦੇ ਬ੍ਰਦਰ-ਇਨ-ਲਾਅ ਵੀ ਆਏ ਆ ਅਤੇ ਚਲੋ ਬਹੁਤ ਅੱਛੀ ਗੱਲ ਆ। ਰਾਜਕੁਮਾਰ ਜੀ ਜੰਮੂ ਤੋਂ ਵੀਕਐਂਡ 'ਤੇ ਆ ਜਾਂਦੇ ਆ ਅਤੇ ਐਨ ਜੀ ਓ ਦੀ ਡਿਊਟੀ ਕਰਨ ਲਈ ਵੀ ਬੜੇ ਅੱਛੇ ਵਲੰਟੀਅਰ ਨੇ ਇਹ ਔਰ ਵੈਲਕਮ ਇਹਨਾਂ ਦਾ, ਇਹਨਾਂ ਨੇ ਬੜੀ ਅੱਛੀ ਮਿਹਨਤ ਕਰਨੀ ਹੈਗੀ ਇੱਥੇ ਔਰ ਇਹ ਜਿਹੜਾ ਫਰੰਟ ਹੈਗਾ ਬੜਾ ਵਧੀਆ ਸਵਾਰਿਆ ਜਾਏਗਾ ਔਰ ਨਾਲ ਕੁਛ ਮੈਨੂੰ ਲੱਗਦਾ ਚਾਹ ਵੀ ਲੈ ਕੇ ਆਏ ਆ ਔਰ ਕਿਆ ਬਾਤ ਆ ਜੀ। ਵੈਲਕਮ ਸ਼੍ਰੀਮਾਨ ਜੀ ਆਪਕਾ ਵੀ ਔਰ ਆਪਕਾ ਵੀ ਰਾਜਕੁਮਾਰ ਜੀ ਵੈਲਕਮ। ਆਪਕੇ ਚਿਹਰੇ ਕੀ ਸੁੰਦਰਤਾ ਅਬ ਨਿਖਰ ਰਹੀ ਹੈ, ਅੱਛਾ ਹੈ। ਠੰਡੀ ਤੋਂ ਹਮ ਨਿਕਾਲ ਦੇਂਗੇ, ਅਭੀ ਕਾਮ ਕਰੇਂਗੇ ਨਾ ਤੋ ਠੀਕ ਹੋ ਜਾਏਗਾ। ਅਤੇ ਇੱਧਰਲੀ ਸਾਈਡ ਮੈਂ ਹੁਣ ਬਰੱਸ਼ ਕਟਰ ਚਲਾਉਣ ਲੱਗਾ। ਜੈ ਹਿੰਦ।